ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਤਿੰਦਰ ਸਿੰਘ ਨੂਰਪੁਰੀ ਢਾਡੀ ਪਿੰਡ ਨੂਰਪੁਰ ਚੱਠਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ। ਸਤਿ ਸੰਗਤ ਜੀ, ਸਿੱਖ ਪੰਥ ਵਾਸਤੇ ਇੱਕ ਬਹੁਤ ਵੱਡੀ ਨਮੋਸ਼ੀ ਭਰੀ ਖਬਰ ਆਈ ਹੈ ਕਿ ਪਟਿਆਲਾ ਦੀ ਇੱਕ ਅਦਾਲਤ ਨੇ, ਉੱਥੋਂ ਦੀ ਜੱਜ ਰਮਨਦੀਪ ਨੀਤੂ ਨਾਂ ਦੀ ਜੱਜ ਹੈ, ਜੋ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਮਣ ਜਾਰੀ ਕਰ ਦਿੱਤੇ ਨੇ। ਪਰ ਉਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਵੀ ਸਾਡੀ ਸਿੱਖ ਸੰਸਥਾ ਨੇ, ਆਗੂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੇ ਤਖਤਾਂ ਦੇ ਜਥੇਦਾਰਾਂ ਨੇ ਇੱਕ ਵੀ ਬਿਆਨ ਉਸ ਪ੍ਰਤੀ ਨਹੀਂ ਦਿੱਤਾ। ਇਹ ਤਨਖਾਹਾਂ 'ਤੇ ਪੜ੍ਹਨ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚੜ੍ਹਾਵਾ ਖਾਣ ਵਾਲੇ, ਇਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ ਜਾਂ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ? ਸਿੱਖ ਪੰਥ ਦੀ ਜਾਗਦੀ ਜ਼ਮੀਰ ਵਾਲਿਓ, ਮੇਰੀ ਬੇਨਤੀ ਹੈ, ਸਾਨੂੰ ਇਹਦੇ ਪ੍ਰਤੀ ਰੋਸ ਪ੍ਰਗਟ ਕਰਨਾ ਚਾਹੀਦਾ ਹੈ, ਤਾਂ ਕਿ ਦੁਬਾਰਾ ਤੋਂ ਜਿੰਨਾ ਚਿਰ ਉਹ ਜੱਜ ਮਾਫ਼ੀ ਨਹੀਂ ਮੰਗ ਲੈਂਦੀ, ਉਹਨਾਂ ਚਿਰ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ, ਤਾਂ ਕਿ ਦੁਬਾਰਾ ਐਸੀ ਘਟਨਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।